ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਨੇ ਜਨਾਬ? ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਹੈ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਹੈ ਕੱਚੀ ਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਹਮੇਸ਼ਾ ਦੀ ਤਰ੍ਹਾਂ ਵੀਰਾਂ ਭਰਾਵਾਂ ਤੇ ਸੱਜਣਾਂ ਨੂੰ ਮਿਲਦਾ ਰਹੇ। ਅੱਲਾ ਦੇ ਖਾਸ ਫਜ਼ਲ ਕਰਨ ਨਾਲ ਵੀਰਾਂ ਵਾਸਤੇ ਨੀਲੀ ਦੇ ਬਿਹਤਰੀਨ ਔਰ ਅਨਮੋਲ ਤੋਹਫੇ ਲੈ ਕੇ ਹਾਜ਼ਰ ਹੁੰਦੇ ਹਾਂ। ਅੱਜ ਵੀ ਇਨਸ਼ਾਅੱਲਾ ਵੀਰਾਂ ਵਾਸਤੇ ਇੱਕ ਲੰਗਰੀਆ ਬਲੱਡ ਲਾਈਨ ਦੇ ਵਿੱਚੋਂ ਅੱਲਾ ਦੇ ਫਜ਼ਲ ਕਰਨ ਨਾਲ ਦੂਜਣ ਮੈਂ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਇਨਸ਼ਾਅੱਲਾ ਵੀਰ ਰਾਜ਼ੀ ਹੋ ਜਾਣਗੇ। ਮੈਂ ਨੂੰ ਲੱਗੇ ਹੋਏ ਬਟਨ, ਰੁਗ ਰੁਗ ਦਾ ਖੂਬਸੂਰਤ ਥਣ ਔਰ ਪੰਡਾ ਲਾਉਣ ਵਾਲੀ ਪਿਓਰ ਨੀਲੀ ਦੀ ਜਨਾਬ ਮੱਝ ਵੀਰਾਂ ਵਾਸਤੇ ਲੈ ਕੇ ਹਾਜ਼ਰ ਹੋਏ ਹਾਂ। ਮੈਂ ਨੂੰ ਇੱਕ ਹੱਡੀ ਪੁੱਠਾ ਵੀਰਾਂ ਦੇ ਸਾਹਮਣੇ ਲੰਗਰੀਆ ਬਲੱਡ ਲਾਈਨ ਦੇ ਵਿੱਚੋਂ ਵੀਰਾਂ ਵਾਸਤੇ ਤੋਹਫੇ ਔਰ ਬਿਹਤਰੀਨ ਇਹ ਜਨਾਬ ਨੀਲੀ ਦੀ ਮੱਝ ਲੈ ਕੇ ਹਾਜ਼ਰ ਹੋਏ ਹਾਂ। ਇਨਸ਼ਾਅੱਲਾ ਵੀਰਾਂ ਨੂੰ ਪਸੰਦ ਆਏਗੀ। ਘਰ ਦੀ ਮੈਂ ਹੈ, ਕੋਈ ਵਾਧਾ ਨਹੀਂ, ਕੋਈ ਘਾਟਾ ਨਹੀਂ। ਇਨਸ਼ਾਅੱਲਾ ਵੀਰਾਂ ਨੂੰ ਪਤਾ ਹੈ ਕਿ ਲੰਗਰੀਆ ਬਲੱਡ ਲਾਈਨ ਦੇ ਵਿੱਚ ਕੀ ਖਸੂਸੀਅਤ ਨੇ, ਕੀ ਕੁਆਲਿਟੀਆਂ ਨੇ। ਇਹ ਸਾਰੀਆਂ ਗੱਲਾਂ ਦੱਸਣ ਪੁੱਛਣ ਨੂੰ ਇਹ ਮਾਨ ਹੀ ਨਹੀਂ ਰੱਖਦੀਆਂ। ਮੈਂ ਦੂਜਾ ਨੇ ਸੌਣ 'ਚ 5 ਤੋਂ 7 ਦਿਨ ਲੈਂਦੀ ਹੈ। ਬਾਕੀ ਮੇਰੇ ਅੱਲਾ ਨੂੰ ਪਤਾ ਹੈ ਥਣਾਂ ਦੀ ਹਰ ਚੀਜ਼ ਦੀ ਗਰੰਟੀ ਹੋਵੇਗੀ। ਮੈਂ ਤੇ ਔਰ ਮੈਂ ਮਾਸ਼ਾਅੱਲਾ ਆਪਣਾ ਆਪ ਦੱਸਦੀ ਹੈ ਪੂਰੀ ਪੱਧਰ, ਪੂਰੀ ਸ਼ੌਕੀਨ ਪਿਓਰ ਨੀਲੀ ਦੀ। ਅੱਲਾ ਦੇ ਫਜ਼ਲ ਕਰਮ ਨਾਲ ਲੈਣੇ ਦੇਣੇ ਹਮੇਸ਼ਾ ਦੀ ਤਰ੍ਹਾਂ ਮੁਕੱਦਰ ਔਰ ਵੀਰਾਂ ਵਾਸਤੇ ਹਮੇਸ਼ਾ ਦੀ ਤਰ੍ਹਾਂ ਪਿਓਰਟੀ, ਪਿਓਰ ਨੀਲੀ ਦੀ ਅੱਲਾ ਦੇ ਫਜ਼ਲ ਕਰਮ ਨਾਲ ਬਿਲਕੁਲ ਖੁੱਲ੍ਹੇ ਦੇ ਉੱਤੇ ਖੜ੍ਹੀ ਹੈ। ਕੋਈ ਪੈੜਾ ਨਹੀਂ, ਕੋਈ ਰੱਸਾ ਨਹੀਂ। ਅੱਖਾਂ ਸਫੈਦ ਚਿੱਟੀਆਂ ਮਣ ਮਣ ਦੀਆਂ, ਸਿਰ ਕਿੰਗਰੀ ਵਾਲਾ, ਕਾਠਾਂ ਵਿੱਚ ਬੁੱਥੀ। ਮੈਂ ਦੀ ਚੈੱਕ ਕਰਨੀ ਹੈ, ਪਹਿਚਾਣ ਕਰਨੀ ਹੈ ਮੈਂ ਕਿਹੜੀ ਨਸਲਦਾਰ 'ਚ ਹੋਏ, ਕਿਹੜੇ ਖਾਨਦਾਨ 'ਚ ਹੋਏ। ਬਿਲਕੁਲ ਧੁੰਨੀ, ਕੋਲੇ ਦਾ ਨਿਸ਼ਾਨ ਕੋਈ ਨਹੀਂ ਕਿਸੇ ਕਿਸਮ ਦਾ। ਇਨਸ਼ਾਅੱਲਾ ਵੀਰਾਂ ਵਾਸਤੇ ਤੋਹਫਿਆਂ ਦੀ ਔਰ ਬਿਹਤਰੀਨ ਕਲੈਕਸ਼ਨ ਆਪਣਾ ਦੇਸ਼ ਪੰਜਾਬ ਟੀਵੀ ਹਮੇਸ਼ਾ ਹੀ ਤਰ੍ਹਾਂ ਵਿਖਾਉਂਦਾ ਹੈ। ਮੈਂ ਪੂਰੀ ਬਰੀਕ ਅਤੇ ਇੰਤਹਾਈ ਨਫੀਸ ਹੈ। ਲੈਣੇ ਦੇਣੇ ਹਮੇਸ਼ਾ ਦੀ ਤਰ੍ਹਾਂ ਮੁਕੱਦਰ ਨੇ ਔਰ ਵੀਰਾਂ ਵਾਸਤੇ ਤੋਹਫੇ ਲੈ ਕੇ ਹਮੇਸ਼ਾ ਅਸੀਂ ਹਾਜ਼ਰ ਹੁੰਦੇ ਹਾਂ। ਅੱਖਾਂ ਦੋਨੋਂ ਸਫੈਦ ਨੇ, ਮੱਥੇ 'ਤੇ ਫੁੱਲੀ ਹੈ, ਸਿਰ ਕਿੰਗਰੀ ਵਾਲਾ ਕਾਠਾਂ 'ਚ, ਔਰ ਜਨਾਬ ਬੁੱਥੀ ਮੈਂ ਦੀ ਚੈੱਕ ਕਰਨੀ ਹੈ ਕਿੰਨੀ ਬਰੀਕ ਔਰ ਤੌਣ ਕਿੰਨੀ ਲੰਮੀ ਅਤੇ ਨਫੀਸ ਮੱਝ ਹੈ ਕਿੰਨੀ ਬਰੀਕ ਹੈ। ਅੱਲਾ ਦੇ ਫਜ਼ਲ ਕਰਮ ਨਾਲ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਨੀਲੀ ਦਾ ਜਾਨਵਰ ਵੀਰਾਂ ਵਾਸਤੇ ਲੈ ਕੇ ਹਾਜ਼ਰ ਹੋਈਏ ਔਰ ਨੀਲੀ ਦਾ ਕੰਮ ਕਰੀਏ ਔਰ ਨੀਲੀ ਦਾ ਸ਼ੌਕ ਕਰਾਈਏ। ਪਿਓਰ ਨੀਲੀ ਦੀ ਜਨਾਬ ਇਹ ਝੋਟੀ ਹੈ। ਕੋਈ ਬੰਦਾ ਇਹ ਗੱਲ ਕਰੇ ਕਿ ਮੱਝ ਨੀਲੀ ਦੀ ਨਹੀਂ ਜਾਂ ਜਨਾਬ ਇਹ ਨੀਲੀ ਤਾਂ ਹੈ ਨਹੀਂ, ਅਸੀਂ ਬਿਲਕੁਲ ਦਰਿਆ ਦੇ ਉੱਤੇ ਖੜ੍ਹੇ ਹਾਂ। ਇਸ ਟਾਈਮ ਦਰਿਆ ਦੇ ਬਿਲਕੁਲ ਕਿਨਾਰੇ ਦੇ ਉੱਤੇ ਜਿਹਦਾ ਦਿਲ ਕਰੇ ਆ ਕੇ ਥੱਲੀ ਕਰਕੇ ਲੈ ਜਾਵੇ। ਮੈਂ ਬਾਕੀ ਵੇਖੇ ਛਿੜੀਆਂ ਹੋਈਆਂ ਮਹੀਨੇ ਇਸ ਟਾਈਮ ਬਾਹਰ 'ਚ ਅਤੇ ਆ ਕੇ ਤਸੱਲੀ ਕਰਨ। ਇਹ ਮੈਂ ਜ਼ਾਹਿਰ ਹੈ ਤੁਸੀਂ ਇਹ ਵੀਡੀਓ ਅਸੀਂ ਤੁਹਾਨੂੰ ਵਿਖਾਉਣੀ ਸੀ, ਇਸ ਕਰਕੇ ਜਨਾਬ ਅਸੀਂ ਮੈਂ ਅੱਜ ਬਾਹਰ ਨਹੀਂ ਗਈ ਔਰ ਜਨਾਬ ਇਹਨੂੰ ਰੋਕ ਕੇ ਰੱਖਿਆ। ਬਾਜਰੀ ਤੁਹਾਡੇ ਸਾਹਮਣੇ ਖਾਂਦੀ ਪਈ ਹੈ। ਆਮ ਮਹੀਂ 'ਚ ਮੈਂ ਨਹੀਂ ਹੈ, ਬੜੀ ਨਫੀਸ ਔਰ ਖਾਨਦਾਨੀ ਮੈਂ, ਬੜੀ ਬਰੀਕ ਮੈਂ ਔਰ ਬੜੀ ਕੁਆਲਿਟੀਆਂ ਵਾਲੀ ਹੈ। ਜਿਹਦਾ ਦਿਲ ਕਰੇ ਉਹ ਤਸੱਲੀ ਕਰੇ ਆ ਕੇ, ਵਿਆਹਾਂ ਸ਼ਿਆਹਾਂ ਕਰ ਲਵੇ। ਇਨਸ਼ਾਅੱਲਾ ਕੋਈ ਵਾਧਾ ਘਾਟਾ ਨਹੀਂ। ਅੱਲਾ ਦੇ ਫਜ਼ਲ ਕਰਮ ਦੋਨੋਂ ਜੀ। ਤਸੱਲੀ ਕਰਾਉਣੀ ਜੀ ਮੀਆਂ ਜ਼ੁਲਫ਼ਕਾਰ, ਤਸੱਲੀ ਮੀਆਂ ਜ਼ੁਲਫ਼ਕਾਰ ਲੰਗਰੀਆ ਮੈਂ ਟੋਰੋ ਜੀ, ਸਿੱਧੀ ਤਸੱਲੀ ਕਰਾਓ, ਲੈ ਜਾਓ ਮੈਂ ਇਹਨੂੰ ਟੋਰ ਕੇ ਵਿਖਾਓ। ਕੋਈ ਬੰਦਾ ਇਹ ਗੱਲ ਨਾ ਕਰੇ ਕਿ ਯਾਰ ਮੈਂ ਤਾਂ ਵਾਧਾ ਘਾਟਾ ਸੀ, ਮੈਂ ਠੀਕ ਨਹੀਂ ਸੀ ਜਾਂ ਕੋਈ ਇਹ ਜੀ ਗੱਲ। ਮੈਂ ਤੁਰਦੀ ਹੈ ਅਤੇ ਦੱਸਦੀ ਹੈ
ਕਿ ਅਸੀਂ ਜਨਾਬ ਨੀਲੀ ਦੇ ਵਿੱਚ ਪੈਦਾ ਹੋਈਆਂ, ਨੀਲੀ ਵਿੱਚ ਰਹੀਆਂ, ਨੀਲੀ ਦੀਆਂ ਜਾਪਣੀਆਂ। ਹੁਣ ਮੈਂ ਸਾਰੀ ਉਮਰ ਵਧਾ ਜਾਏ, ਮਾਤ ਛੱਡ ਜਾਏ, ਆਪਣੀ ਜ਼ਾਤ ਗਵਾ ਜਾਏ, ਅਸੀਂ ਤਾਬੇਦਾਰ ਬੈਠੇ ਹਾਂ। ਇਨਸ਼ਾਅੱਲਾ ਬਿਲਕੁਲ ਦਰਿਆ ਉੱਤੇ ਫਿਰਦੀ ਹੈ, ਖੂਬਸੂਰਤ ਔਰ ਨਫੀਸ ਜਾਨਵਰ ਹੈ, ਕਿਵੇਂ ਦੀ ਵੇਖਣ ਵਾਲੀ ਹੈ, ਵੇਖਣ ਮੰਗਦੀ ਹੈ, ਸ਼ੌਕ ਵੀਰਾਂ ਦਾ। ਔਰ ਇਨਸ਼ਾਅੱਲਾ ਸਾਡੀ ਕੋਸ਼ਿਸ਼ ਪੂਰੀ ਕਿ ਅੱਛੇ ਜਾਨਵਰ ਵੀਰਾਂ ਨੂੰ ਤੋਹਫੇ ਦੇ ਤੌਰ 'ਤੇ ਦਿੰਦੇ ਹਾਂ, ਔਰ ਰੇਟ ਵੀ ਇੰਤਹਾਈ ਮੁਨਾਸਿਬ ਕਰਨੇ ਹੈ। ਪੰਜਾਬ ਟੀ ਵੀ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਵੀਰਾਂ ਨੂੰ ਅੱਛੇ ਖੂਬਸੂਰਤ ਔਰ ਨਾਇਆਬ ਜਾਨਵਰ ਹਮੇਸ਼ਾ ਕੁਲੈਕਸ਼ਨ ਲੈ ਕੇ ਦੇਈਏ, ਔਰ ਵੀਰਾਂ ਨੂੰ ਸ਼ੌਕ ਕਰਵਾਈਏ ਨੀਲੀ ਦੀਆਂ ਮੱਝਾਂ ਦਾ, ਲੰਗਰੀਆ ਬਲੱਡ ਲਾਈਨ। ਔਰ ਇਨਸ਼ਾਅੱਲਾ ਵੀਰਾਂ ਦੇ ਸਾਹਮਣੇ ਅੱਲਾਹ ਦੇ ਫਜ਼ਲੋ ਕਰਮ ਨਾਲ ਕੋਈ ਕਮੀ ਕੁਤਾਈ ਨਹੀਂ। ਮਜ਼ੀਦ ਸਾਰੀਆਂ ਗੱਲਾਂ ਕੱਚ ਦਾ ਖਿਡਾਉਣਾ ਮਾਲਕ ਨਾਲ ਹੋਣਗੀਆਂ, ਮਾਲਕ ਇਨਸ਼ਾਅੱਲਾ ਤੁਸੀਂ ਅੱਗੇ ਵਿੱਚ ਥੋੜ੍ਹਾ ਬਹੁਤ ਜਾਣਦੇ ਜੀ, ਇਨਸ਼ਾਅੱਲਾ ਤਸੱਲੀ ਹੋ ਜਾਏਗੀ। ਔਰ ਇਨਸ਼ਾਅੱਲਾ ਇਹ ਬੰਦਾ ਬੜਾ ਬਜ਼ੁਰਗ ਸੱਚਾ ਅਤੇ ਪੱਕਾ, ਤਸੱਲੀਆਂ ਕਰਾਵਾਂਗੇ ਜੀ ਇਨਸ਼ਾਅੱਲਾ, ਅੱਲਾਹ ਦੇ ਫਜ਼ਲ ਕਰਮ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਮੀਆਂ ਜ਼ੁਲਫਕਾਰ ਲੰਗਰੀਆ ਜੀ, ਬਿਲਕੁਲ ਐਵੇਂ ਜੀ। ਹਾਂਜੀ। ਇਹ ਜੀ ਸਰਫਰਾਜ਼ ਲੰਗਰੀਆ ਦਾ ਵੱਡਾ ਭਾਈ। ਹਾਂਜੀ। ਐਵੇਂ ਜੀ, ਬਿਲਕੁਲ ਸ਼ਫੂ ਲੰਗਰੀਆ। ਹਾਂਜੀ। ਮੈਂ ਚਾਚਾ ਘਰ ਦੀ ਦੂੰਜਣ ਸਣਾ ਦੀ ਛੋਲਟੀ ਸਾਫ, ਬਿਲਕੁਲ ਕੋਈ ਬੰਦਾ ਬਿਆਨ ਨਾ ਕਰੇ ਖਾਣਾ ਆਪਾਂ ਛੋਲਟੀ ਨਾ ਮਾਰੀ, ਮੈਂ ਛੋਲਟੀ ਕੋਈ ਬੰਦਾ ਹੱਥ ਹੱਥ ਨਾ ਲਾਵੇ, ਜ਼ਿੰਮੇਦਾਰ ਬਿਲਕੁਲ ਮੈਂ ਵਾਪਸ ਪੈਸੇ ਵਾਪਸ ਪੁੱਸ ਗਿਆ ਐਂ। ਇੱਕ ਸਕਿੰਟ ਦਾ ਰਿਹਾ ਫਰੋਕ, ਸਕਿੰਟ ਦਾ ਨਹੀਂ ਫਰਕ। ਅੱਛਾ, ਕਿੰਨਾ ਕਿਲੋ ਦੁੱਧ ਇੱਕ ਟਾਈਮ ਦਾ? ਅੱਛਾ। ਹਾਂਜੀ, 14-15 ਤਾਂ ਪੱਕਾ ਕਰਦੇ। ਮੈਂ ਮੇਰੀ 18-19 ਕਿਲੋ ਨਾ ਕਰੇ ਦੋਵਾਂ ਟਾਈਮਾਂ ਦਾ, ਮੈਂ ਉੱਥੋਂ ਜਾ ਜਿੱਥੇ ਜਾ ਉੱਥੋਂ ਵਾਪਸ ਕਰ। 16 ਕਿਲੋ ਤੇ ਮੈਂ ਦੁੱਧ ਦੇਵੇ ਨਾ? ਹਾਂਜੀ। ਅਸੀਂ ਆਖੇਗਾ ਬੜੀ ਵਰਿਆਮ। ਮੈਂ ਨਾ 18-19 ਕਿਲੋ ਦੋਵਾਂ ਟਾਈਮਾਂ ਦਾ ਨਾ ਦੇਵੇ, ਵੇਖੀ ਬਾਲੀ ਬਿਲ ਲੈ ਤਸਲੀਆਂ ਨੇ ਹੋਰ ਆਦੀ ਮਾਇਆ ਕਰ ਤਸਲੀਆਂ। ਅੱਛਾ। ਹਾਂਜੀ। ਦੁਬਾ ਸੁਬਾਹ ਕਿਹਦੇ ਕਿ ਦਿਹਾੜੀ? ਪੈਸੇ ਪੱਕੇ ਮੰਗਣੇ ਨੇ, ਕੋਈ ਕਰਨੀ ਕਿ ਪੁੱਤਰਾ ਪੁੱਤਰੀਆਂ ਹੈ, ਸਾਰਾ ਕੁਛ ਹੈ, ਬਣਿਆ ਹੈ ਬੇਲੀ। 5,15,000 ਦੀ ਤੇਰੀ ਜ਼ਾਤ ਵਾਸਤੇ ਮੈਂ ਉਂਝ ਕੀ ਮੁੱਲ ਨੇ? ਉਹ ਤੇ ਮੁੱਲ ਮੈਂ 6,00,000 ਹੀ ਮੰਗ ਲੈਣਾ। ਹਾਂਜੀ। ਮੀਆਂ ਜ਼ੁਲਫਕਾਰ ਇੱਕੋ ਗੱਲ ਕਰਕੇ ਪੁੱਤਰੇ ਦੇ ਜਬਰ ਰੁਪਈਆ ਨਹੀਂ ਛੱਡਣਾ ਯਾਰ, ਹੁਣ ਇਹਦੇ ਮੈਂ ਚੋਖੀ ਚੰਗੀ ਨਦੀ, ਹੁਣ ਕੀ ਕਰੀਏ? ਕੋਈ ਪਿਆਰ ਮੁਹੱਬਤ 4,95,000 ਦੀ ਮੈਂ ਦੇ ਸਕਦੀ, 20,000 ਛੱਡਿਆ, 20,000 ਕੋਈ 5 ਨਹੀਂ ਕੋਈ 10 ਬਿਲਕੁਲ ਨਹੀਂ, 20,000 ਛੱਡਿਆ ਕਿਰਾਏ ਮੁਝੇ, ਇਹਦੇ ਚ ਲਾਸ ਨਹੀਂ ਆਉਣੀ 1 ਰੁਪਈਏ ਦੀ, 1 ਰੁਪਈਏ ਦੀ। 4,95,000 ਲੰਗਰੀਆ ਦੇ ਘਰ ਦੀ ਤਸੱਲੀ ਕਰਾ ਕੇ, ਕੋਈ ਵਾਧਾ ਨਹੀਂ, ਕੋਈ ਘਾਟਾ ਨਹੀਂ, ਇਨਸ਼ਾਅੱਲਾ ਤੋਹਫੇ, ਅੱਛੀ ਕੁਲੈਕਸ਼ਨ, ਬਿਲਕੁਲ ਦਰਿਆਏ ਸਤਲੁਜ ਦੇ ਉੱਤੇ ਖੜੇ, ਜਿੰਦਾ ਦਿਲ ਕਰੇ ਆਵੇ, ਦੁੱਪ ਵਿੱਚ ਇੰਜੋਏ ਕਰੇ, ਮੈਂ ਜੇ ਇੱਥੋਂ ਨਾ ਜਾਵੇ, ਦਰਿਆ ਦੇ ਉੱਤੇ ਨਾ ਖੜੀ ਹੋਵੇ, ਦਰਿਆ ਦਾ ਪਾਣੀ ਨਾ ਪੀਂਦੀ ਹੋਵੇ, ਆਵੇ ਜ਼ੁਲਫਕਾਰ ਲੰਗਰੀਆ ਮੰਨੇ ਨਾ ਇਸ ਗੱਲ ਨੂੰ ਕਿ ਮੇਰੀ ਮੈਂ ਨਹੀਂ ਨਹੀਂ ਤਾਂ ਵੀ ਜ਼ਿੰਮੇਵਾਰ ਤਾਂ ਵੀ ਤਾਬੇਦਾਰ ਬਿਲਕੁਲ। 4,95,000 ਰੁਪਏ ਵਿੱਚ ਜਨਾਬ ਕੋਸ਼ਿਸ਼ ਕਰਾਂਗਾ